ਆਪਾਂ ਪਹੁੰਚ ਗਏ ਚਿੰਤਪੁਰਨੀ, ਜਿੱਥੇ ਜਗਰਾਤਾ ਹੋਣਾ ਵਾ ਉਹ ਜਗ੍ਹਾ। ਚਿੰਤਪੁਰਨੀ ਮਾਤਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ। ਓ ਵਾਹ ਜੀ ਵਾਹ, ਸਵਾਹ ਦੇਖ ਲਓ ਜੀ, ਆ ਹੁੰਦਾ ਪਿਆਰ ਪੰਜਾਬ ਵਾਲਿਆਂ ਦਾ। ਬਣਾ ਦਈਏ ਆਧਾਰ ਕਾਰਡ ਹੁਣ ਜਿਹਨੇ ਇਹਨੂੰ ਬਣਾਉਣਾ। ਥੈਂਕ ਯੂ ਸਰ, ਬਹੁਤ ਅੱਛਾ। ਜੋਤ ਲੈ ਕੇ ਆ ਗਏ? ਅੱਛਾ ਅੱਛਾ, ਚਲੋ ਚਕਾਲਾ ਮਾਤਾ। ਹੁਣ ਬਸ ਚੌਂਕ ਦੇ ਵਿੱਚ ਆ ਗਏ ਆ ਤੇ ਹੁਣ ਬਸ ਅੱਗੇ ਚੱਲਦੇ ਆ, ਹੋਟਲ ਵਗੈਰਾ ਵੀ ਦੇਖਣਾ ਜੀ। ਦੋਸਤੋ ਕੀ ਹਾਲ ਚਾਲ ਸਾਰਿਆਂ ਦਾ? ਲੋ ਜੀ 14 ਤਰੀਕ ਆ ਚੁੱਕੀ ਆ, ਜਿਨ੍ਹਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਨਾ ਵੀ 14 ਸਤੰਬਰ ਆਊਗੀ ਤਾਂ ਆਪਾਂ ਜਗਰਾਤੇ ਤੇ ਜਾਵਾਂਗੇ, ਤਾਂ ਹੁਣ ਅਸੀਂ ਚੱਲੇ ਹਾਂ ਵੀ ਜਗਰਾਤੇ ਤੇ। ਰਸਤੇ ਬਹੁਤ ਜਗ੍ਹਾ ਜਾਣਾ ਤੇ ਸਾਰਿਆਂ ਨੂੰ ਚੱਕਣਾ ਹਜੇ, ਤੇ ਬਸ ਸਵੇਰ ਹੋ ਚੁੱਕੀ ਆ, ਹਜੇ ਸਵੇਰ 6 ਵਜੇ ਆ, ਤੇ ਮੈਂ ਕਿਹਾ ਵੀ ਟਾਈਮ ਨਾਲ ਨਿਕਲੀਏ ਤਾਂ ਹੀ ਵੀ ਟਾਈਮ ਨਾਲ ਉੱਥੇ ਪਹੁੰਚਾਂਗੇ, ਤੇ ਟਾਈਮ ਵੇਸਟ ਨਾ ਕਰੇ ਚੱਲਦੇ ਆਪਾਂ ਕਾਰ ਕੋਲੇ। ਤਾਂ ਲਓ ਜੀ ਸਵੇਰ ਸਵੇਰ ਦਾ ਮੌਸਮ ਬੜਾ ਸੋਹਣਾ ਹੋਇਆ ਹੈ ਯਾਰ। ਲੋ ਵੀ ਕਾਰ ਦੀ ਤਿਆਰੀ ਹੋਈ ਜਾਂਦੀ ਹੈ, ਤੇ ਆਹ ਦੇਖੋ ਤੁਸੀਂ ਸਭ ਤੋਂ ਪਹਿਲਾਂ ਬਲ ਓਏ ਆਹ ਵੀ ਨਾਲ ਚੱਲਿਆ, ਇਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਬੰਟੀ। ਇਹ ਵੀ ਬਲੈਕ, ਤੇਰੀ ਸ਼ਰਟ ਵੀ ਬਲੈਕ, ਇੱਕੋ ਜਿਹੇ ਹੋਏ ਪਿਆ ਵੀ ਬੰਟੀ ਹਰੀ ਤਾਂ ਅੱਜ। ਆਹ ਲੋ ਵੀ, ਤੇ ਲਓ ਜੀ ਬਸ ਤਿਆਰੀ ਕਰੀ ਜਾਂਦੇ ਹਾਂ ਤੇ ਬਸ ਹੁਣ ਚੱਲਦੇ ਹਾਂ ਅੱਗੇ, ਤੇ ਤੁਹਾਨੂੰ ਆਪਾਂ ਸਾਰੇ ਭਰਾਵਾਂ ਨੂੰ ਅੱਜ ਸਾਰੇ ਨਾਲ ਤੁਹਾਨੂੰ ਇਹ ਸਾਰਿਆਂ ਨੂੰ ਇੱਕ ਇੱਕ ਕਰਕੇ ਮਿਲਾਵਾਂਗੇ। ਬੜੇ ਤੁਹਾਨੂੰ ਘੈਂਟ ਘੈਂਟ ਨਵੇਂ ਕਰੈਕਟਰ ਮਿਲੇ ਅੱਜ, ਤੇ ਬੜੇ ਫਨੀ ਬੰਦੇ ਜਾ ਰਹੇ ਅੱਜ ਆਪਣੇ ਨਾਲ ਸਾਰੇ ਜਾਣੇ। ਐ ਤੁਰ ਪਏ ਯਾਰ, ਬੋਲ ਚਕਾਲਾ ਮਾਤਾ ਦਾ। ਤੁਹਾਨੂੰ ਕੀ ਕਿਹਾ ਸੀ, ਬੜੇ ਘੈਂਟ ਘੈਂਟ ਬੰਦੇ ਜਾ ਰਹੇ ਆ, ਚੱਲ ਹੁਣ ਦੁਬਾਰਾ ਲਾਊਗਾ ਵੱਡੀ ਲਾ ਦੇ ਹੁਣ ਨਹੀਂ। ਜਕਾਰਾ ਸ਼ੇਰਾਂ ਵਾਲੀ ਦਾ ਬੋਲ ਚੱਚੇ ਦਰਬਾਰ ਕੀ ਜੈ। ਲੋ ਜੀ ਹੁਣ ਸਾਡੀ ਸਟਾਰਟ ਹੋ ਗਿਆ ਕੰਮ, ਤੇ ਨਾਲ ਅੱਜ ਆਪਣੇ ਗੋਰਾ ਵੀਰਾ, ਇਹ ਗੋਰੇ ਨੂੰ ਤੁਸੀਂ ਸ਼ਹਿਰ ਚ ਕਈ ਜਣੇ ਦੇਖਿਆ ਵੀ ਹੋਊਗਾ ਭਰਾ ਨੂੰ, ਤੇ ਬਸ ਹੁਣ ਜਾਂਦੇ ਆ, ਤੇ ਨਾਲ ਤੁਸੀਂ ਬੰਟੀ, ਬੰਟੀ ਉਹਦੀ ਜਕਾਰਾ ਪਹਿਲਾਂ ਸੁਣ ਲਿਆ ਤਾਂ ਤੁਸੀਂ ਜੱਜ ਵੀ ਕਰ ਲਿਓ ਬੰਟੀ ਨੂੰ ਵੀ ਬੰਟੀ ਕਿਹੋ ਜਿਹੀ ਐਟਮ ਹੋ ਸਕਦੀ ਹੈ, ਤੇ ਬਸ ਹੁਣ ਚੱਲਦੇ ਆ ਕਈ ਸਵੇਰ ਹੋ ਚੁੱਕੀ ਆ। ਲੋ ਜੀ ਅਸੀਂ ਪਹਿਲੇ ਪਿੰਡ ਤੇ ਪਹੁੰਚ ਚੁੱਕੇ ਆ, ਬਹੁਤ ਸਾਰਾ ਮਾਨ ਸਨਮਾਨ ਮਿਲਿਆ ਤੇ ਉਹ ਤੁਹਾਨੂੰ ਸ਼ੂਟ ਦੇ ਵਿੱਚ ਦੇਖਣ ਨੂੰ ਮਿਲ ਜਾਊਗਾ, ਤੇ ਸਾਰੇ ਭਰਾ ਨੇ ਕੁਰਸੀਆਂ ਮਾਲੀਆਂ ਪਿਛਲੇ ਸਾਲ ਗੋਰ ਰਾਜੇ ਠੀਕ ਆ ਵਧੀਆ ਸੇਵਾ। ਲੋ ਜੀ ਕੈਮਰਾ ਕੁਮਰਾ ਆ ਚੁੱਕਿਆ, ਸ਼ੂਟ ਸਾਡਾ ਡਨ ਹੋ ਗਿਆ, ਤੇ ਗੋਰੇ ਵੀਰੇ ਮੇਰੀ ਗੱਲ ਸੁਣੋ, ਆ ਕੀ ਮਾੜਾ ਦੱਸਿਓ, ਛੱਲੀ ਫੜੀ ਹੋਈ ਆਏ ਹਾਏ ਛੱਲੀ ਉਬੜੀ ਹੋਈ ਵਾਹ ਪੂਰਾ ਆਪਣਾ। ਓ ਵਾਹ ਵਾਹ, ਇਹ ਤਾੜੀ ਦਿਲੋਂ ਨਿਕਲੀ ਆ, ਇਹ ਦਿਲੋਂ ਤਾੜੀਆਂ ਹਾਂ ਵਾਹ ਵੀ ਵਾਹ। ਸੋ ਗਾਇਜ਼ ਹੁਣ ਖਾਣੇ ਆ ਫੂਡ ਤੇ ਫਿਰ ਤੁਹਾਨੂੰ ਮਿਲਦੇ ਆ ਬਾਹਰ ਨਿਕਲ ਕੇ। ਸੋ ਲੋ ਜੀ ਚੋਹਾਲ ਡੈਮ ਤੇ ਖੜੇ ਸੀਗੇ ਤੇ ਆਪਾਂ ਨੂੰ ਆਟੋ ਵਾਲਾ ਵੀਰਾ ਮਿਲਿਆ, ਕੀ ਹਾਲ ਚਾਲ ਭਰਾ ਜੀ? ਜੈ ਮਾਤਾ ਦੀ, ਜੈ ਮਾਤਾ ਦੀ। ਅੱਛਾ ਹਾਂ ਸਾਲ ਆਈਦਾ ਵਾ, ਨਵੀਂ ਗੱਡੀ ਲੈ ਕੇ ਫ੍ਰੀ ਸੇਵਾ ਕਰ ਰਹੇ ਸੀ। ਅੱਛਾ ਫ੍ਰੀ ਸੇਵਾ ਲੈ ਕੇ ਆਇਓ, ਸੰਗਤ ਲੈ ਕੇ ਆਇਓ ਨਾਲ? ਸੋ ਵਾਹ ਜੀ ਵਾਹ, ਆਜੋ ਹੁਣ ਤੁਸੀਂ ਲੰਗਰ ਵਗੈਰਾ ਛਕ ਲਓ। ਜੈ ਮਾਤਾ ਦੀ ਵੀਰੇ। ਸੋ ਲੋ ਜੀ ਅਸੀਂ ਖੜੇ ਚੋਹਾਲ ਡੈਮ ਦੇ ਉੱਤੇ ਤੇ ਸਾਡਾ ਸ਼ੂਟ ਚੱਲੀ ਜਾਂਦਾ ਸੀਗਾ, ਤੇ ਮੈਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਬੜੀ ਵਧੀਆ ਵਾਲੀ, ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ। ਸੋ ਲੋ ਜੀ ਰੋਟੀ ਤਾਂ ਸਾਰਿਆਂ ਨੇ ਘਰੇ ਬਹੁਤ ਖਾਧੀ ਹੋਊਗੀ, ਪਰ ਰੁਮਾਲੀ ਰੋਟੀ ਤੁਸੀਂ ਦੇਖ ਲਓ ਕਿੱਦਾਂ ਬਣਦੀ ਤੇ ਕਿੰਨਾ ਸਾਈਜ਼ ਆ। ਆਹ ਲਓ ਜੀ ਦੇਖ ਲਓ ਤੁਸੀਂ। ਓ ਵਾਹ ਜੀ ਵਾਹ, ਮਾਤਾ ਜੀ ਠੀਕ ਠਾਕ ਹੋ?
ਤੇ ਕਿੰਨੇ ਸਾਲ ਦਾ ਐਕਸਪੀਰੀਅੰਸ ਆ ਮਾਤਾ ਜੀ ਬਣਾਉਣ ਦਾ? 15 ਸਾਲ ਦਾ। ਮੈਂ ਵੀ ਉੱਥੇ ਹੀ ਗੈਸ ਕੀਤਾ, ਮੈਂ ਕਿਹਾ ਵੀ ਨਵਾਂ ਬੰਦਾ ਤਾਂ ਨਹੀਂ ਬਣਾ ਸਕਦਾ, ਮੇਰੇ ਵਰਗੇ ਤੋਂ ਤਾਂ ਅਜੇ ਗੋਲੀ ਰੋਟੀ ਬਣਦੀ। ਤੁਸੀਂ ਦੇਖ ਲਓ ਗੋਲ ਵੀ ਆ ਤੇ ਸਾਈਜ਼ ਵੀ ਦੇਖ ਲਓ ਕਿੰਨਾ ਵਧੀਆ। ਤੇ ਆਹ ਲਓ ਜੀ, ਇੱਥੇ ਬਣ ਬਣ ਕੇ ਰੇਡੀ ਹੋ ਕੇ ਕਟਿੰਗ ਹੋਈ ਜਾਂਦੀ ਆ ਤੇ ਨਾਲ ਇੱਧਰ ਆਪਣੀ ਸੇਵਾ ਚੱਲੀ ਜਾਂਦੀ ਆ। ਸੋ ਲਓ ਜੀ, ਹੁਣ ਅਸੀਂ ਸ਼ੂਟ ਤੋਂ ਉੱਧਰੋਂ ਤਾਂ ਆਪਣੇ ਬੁਲਬੁਲ ਵਾਲਿਆਂ ਤੋਂ ਵੀ ਬਾਹਰ ਆ ਚੁੱਕੇ ਹਾਂ। ਬੜਾ ਵਧੀਆ ਫਿਰ ਇਹਦਾ ਅਰੇਂਜਮੈਂਟ ਲੱਗਿਆ ਮੈਨੂੰ ਤੇ ਪੈਰ ਮੱਚ ਰਿਹਾ ਜੀ, ਤਾਂ ਕਰਕੇ ਮੈਂ ਬਾਹਰ ਨਹੀਂ ਖੜਿਆ ਜ਼ਿਆਦਾ ਟਾਈਮ, ਕਿਉਂਕਿ ਮੈਂ ਸਵੇਰ ਦੇ ਬੂਟ ਲਾਏ ਹੋਏ ਆ ਤੁਸੀਂ ਦੇਖ ਲਓ। ਹਾਂ ਵੀ ਠੀਕ ਹੈ ਗੋਰੇ? ਰਾਜੇ ਵੀਰ ਰਾਜੇ, ਮੈਨੂੰ ਤੇਰੇ ਤੇ ਸ਼ੱਕ ਆ। ਸ਼ੱਕ ਕੀ ਆ, ਮੈਂ ਤੁਹਾਨੂੰ ਵੀਡੀਓ ਦੇ ਐਂਡ ਤੇ ਦੱਸੂਗਾ ਬਾਈ, ਠੀਕ ਹੈ? ਨਹੀਂ ਸ਼ੱਕ ਆ ਹਜੇ ਵੀਰੇ, ਹਜੇ ਯਕੀਨ ਨਹੀਂ ਹੋਇਆ, ਹਜੇ ਯਕੀਨ ਨਹੀਂ ਹੈ, ਹਜੇ ਨਹੀਂ, ਹਜੇ ਕਹਿੰਦਾ ਸ਼ੱਕ ਆ, ਕਿਉਂਕਿ ਐ ਸਿੱਧਾ ਦੋਸ਼ੀ ਨਹੀਂ ਇਕਰਾਰ ਕਰ ਸਕਦੇ ਆਪਾਂ ਕਿਸੇ ਨੂੰ ਪ੍ਰੂਫ ਤੋਂ ਬਿਨਾਂ। ਪ੍ਰੂਫ ਤੋਂ ਬਿਨਾਂ ਪ੍ਰੂਫ ਹੈਗਾ? ਹਾਂ ਹੈਗਾ, ਪਰ ਉਹ ਚੈੱਕ ਕਰਨ ਵਾਲਾ ਹਜੇ। ਸੋ ਆਪਾਂ ਹੁਣ ਚੱਲਦੇ ਆ ਅੱਗੇ। ਚਲੋ ਜੀ, ਆਪਣੇ ਨਾਲ ਸਾਰੇ ਸੇਵਾਦਾਰ ਮੌਜੂਦ ਆ, ਆਪਣੇ ਰਾਜਕੁਮਾਰ ਜੀ ਨੇ ਮੰਗਾ ਵੀਰਾ ਵਾ, ਪਿੰਚਾ ਵੀਰਾ ਵਾ। ਕੀ ਹਾਲ ਚਾਲ ਵੀਰੇ ਸਾਰਿਆਂ ਦਾ? ਠੀਕ ਠਾਕ ਹੋ ਜੀ ਸਾਰੇ? ਜੈ ਮਾਤਾ ਦੀ ਜੀ। ਤੇ ਮਹਾਰਾਜ ਆਪਣਾ ਅੱਜ ਸਵੇਰ ਦਾ ਹੀ ਲੰਗਰ ਚੱਲ ਰਿਹਾ ਜੀ? ਠੀਕ ਹੈ, ਜ਼ੋਰ ਸ਼ੋਰ ਤੋਂ ਚੱਲ ਰਿਹਾ। ਅੱਛਾ, ਤੇ ਸਵੇਰੇ ਕੀ ਚੱਲਿਆ ਸੀ ਸਰ? ਅੱਛਾ, ਚਾਹ ਆਲਵੇ ਚੱਲ ਰਹੀ ਹੈ। ਸੋ ਵਾਹ ਜੀ ਵਾਹ। ਸੋ ਰਾਜਕੁਮਾਰ ਵੀ ਆਪਣੇ ਨਾਲ ਨੇ ਟਿੱਕੀਆਂ ਸੇਵਾ ਕਰੇ, ਹੋਰ ਵੀਰੇ ਠੀਕ ਠਾਕ ਹੋ ਜੀ? ਤੁਹਾਡਾ ਮੁਬਾਰਕਾਂ ਬਹੁਤ ਬਹੁਤ ਆ ਜੀ ਤੁਹਾਨੂੰ, ਕਿਉਂਕਿ ਸਾਰਾ ਸਾਲ ਤੁਸੀਂ ਵੇਟ ਕਰਦੇ ਹੋ ਆਹ ਦਿਨ ਦਾ। ਇਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ, ਠੀਕ ਹੈ ਜੀ, ਔਰ ਮਹੱਲਾ ਵਾਸੀਆਂ ਦੇ ਸਹਿਯੋਗ ਨਾਲ, ਤੁਹਾਡੇ ਪਿਆਰ ਨਾਲ ਸਭ ਕੁਝ ਹੁੰਦਾ ਜੀ, ਮਹਾਮਾਈ ਦੀ ਕਿਰਪਾ ਨਾਲ। ਅੱਛਾ ਜੀ, ਤੇ ਹੁਣ ਵੀਰੇ ਕਿਹਦਾ ਚੱਲ ਰਿਹਾ ਲੰਗਰ ਜੀ? ਟਿੱਕੀਆਂ ਚੱਲ ਰਹੀਆਂ ਜੀ, ਪਾਓ ਭਾਜੀ ਚੱਲ ਰਹੀ ਹੈ। ਅੱਛਾ ਜੀ, ਪਹਿਲਾਂ ਗੋਲ ਗੱਪੇ ਚੱਲਦੇ ਸੀ। ਸੋ ਲਓ ਜੀ, ਮੈਂ ਤੁਹਾਨੂੰ ਦਿਖਾਉਣਾ ਵੀ ਚਾਹੂੰਗਾ, ਟਿੱਕੀ ਨਾਲ ਸਵੀਟ ਸੌਸ ਹੈਗੀ ਹੈ, ਕਰਾਰੀ ਸੌਸ ਤੇ ਨਾਲ ਦਹੀਂ ਵੀ ਹੈ ਜੀ। ਹਾਂ ਜੀ, ਦਹੀਂ ਵੀ ਆ ਰਿਹਾ। ਅੱਛਾ ਵੀ, ਜੇ ਪੂਰੀ ਟਿੱਕੀ ਹੈ ਤਾਂ ਫਿਰ ਪੂਰੀ ਟਿੱਕੀ ਹੈ। ਹਾਂ ਜੀ। ਸੋ ਵਾਹ ਜੀ ਵਾਹ, ਬੜੀ ਵਧੀਆ ਗੱਲ ਹੈ, ਨਾਲ ਤੁਸੀਂ ਪਾਓ ਭਾਜੀ ਚੈੱਕ ਕਰ ਸਕਦੇ ਹੋ ਤੇ ਨਾਲ ਪਾਓ ਨਾਲ ਭਾਜੀ ਪਾਓ ਬੜੇ ਗਰਮ ਗਰਮ, ਪਿੱਛੇ ਵੀਰਾਂ ਨੇ ਗ੍ਰਿਲਰ ਲਗਾਇਆ ਹੋਇਆ ਤਾਂ ਉੱਥੋਂ ਗਰਮ ਕਰਕੇ ਆ ਰਹੇ ਆ, ਤਾਂ ਬੜਾ ਵਧੀਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਸੰਗਤ ਬੜੀ ਵਧੀਆ ਖੁਸ਼ ਹੋ ਕੇ ਤੇ ਫੂਡ ਲੈ ਕੇ ਆਪਦਾ ਆਰਾਮ ਨਾਲ ਇੱਥੇ ਬੈਠ ਕੇ। ਹੁਣ ਤਾਂ ਮੌਸਮ ਵੀ ਬਹੁਤ ਸੋਹਣਾ ਹੈ, ਚੈੱਕ ਕਰ ਸਕਦੇ ਹੋ ਤੁਸੀਂ ਤੇ ਨਾਲ ਪਾਸਤਾ ਚੱਲ ਰਿਹਾ ਜੀ। ਪਾਸਤਾ ਚੱਲ ਰਿਹਾ? ਅੱਛਾ, ਤੇ ਇੱਕ ਮੈਂ ਗੋਲ ਗੱਪੇ ਦੇਖ ਰਹੀ, ਪਹਿਲਾਂ ਗੋਲ ਗੱਪੇ ਵੀ ਚੱਲ ਰਹੇ ਸੀਗੇ ਜੀ? ਵਾਹ ਜੀ ਵਾਹ। ਤੇ ਵੀਰੇ ਸਵੇਰੇ ਵੀ ਕੁਛ ਹੋਊਗਾ? ਬੜੀ ਖੁਸ਼ੀ ਹੋਈ ਜੀ ਤੁਹਾਡੇ ਭੰਡਾਰੇ ਤੇ ਆ ਕੇ, ਤੇ ਜਿਵੇਂ ਸੁਣਿਆ ਸੀ ਉਸ ਤੋਂ ਵਧੀਆ ਹੀ ਦੇਖਿਆ ਇੱਥੇ ਆ ਕੇ। ਮੈਂ ਸੁਣਿਆ ਵੀ ਸਫਾਈ ਦਾ ਬਹੁਤ ਧਿਆਨ ਰੱਖਿਆ ਤੁਹਾਡੇ ਭੰਡਾਰੇ ਤੇ। ਬਿਲਕੁਲ ਜੀ, ਬਹੁਤ ਬਹੁਤ ਵਧੀਆ। ਤੇ ਮੈਂ ਦੇਖ ਵੀ ਰਿਹਾ ਵਾ ਵੀ ਸਫਾਈ ਦਾ, ਜਿਵੇਂ ਇੱਕ ਆਪਾਂ ਘਰੇ ਲਿਆ ਕੇ ਆਪਣੇ ਘਰਦਿਆਂ ਨੂੰ ਸਰਵ ਕਰਦੇ ਹਾਂ ਚੀਜ਼, ਉਹੀ ਸੇਮ ਪਿਆਰ ਦੇ ਨਾਲ ਵੀਰੇ ਸਰਵ ਕਰਕੇ ਤਾਂ ਬੜਾ ਵਧੀਆ ਲੱਗਿਆ। ਥੈਂਕ ਯੂ ਸੋ ਮਚ, ਅਜੇ ਤੁਸੀਂ ਇਨਵਾਈਟ ਕੀਤਾ, ਬਹੁਤ ਖੁਸ਼ੀ ਹੋਈ ਜੀ। ਜੈ ਮਾਤਾ ਜੀ ਕਰ ਆ ਸ਼ੇਰਾਂ ਵਾਲੀ ਦਾ। ਕਹਿੰਦੇ ਨਾ
ਮੈਂ ਲੰਗਰ ਤਾਂ ਕੋਈ ਨੀ ਖਾਦਾ, ਮੈਂ ਪਹਿਲਾਂ ਲੰਗਰ ਤਾਂ ਲੈਣੇ ਵੀਡੀਓ ਬਣਾ ਲਈ। ਬਣਾ ਲਓ ਭਾਈ ਆਧਾਰ ਕਾਰਡ ਜਿੰਨੇ ਜਿੰਨੇ ਬਣਾਉਣੇ ਆ, ਹੁਣ ਤਾਂ ਆਇਆ ਖੜਾ ਹੈ ਕੁਛ ਬਣਾ ਦਈਏ ਆਧਾਰ ਕਾਰਡ ਹੁਣ ਜਿੰਨੇ ਬਣਾਉਣੇ ਗੱਲ ਹੈ ਮੱਲਾ ਸਾਹਿਬ ਸਰ ਠੀਕ ਹੋ ਪੂਰੇ ਸਰ? ਸਰ ਕਦੋਂ ਆਏ? ਤੁਹਾਡੇ ਪਿੱਛੇ ਪਿੱਛੇ। ਓ ਵਾਹ ਜੀ ਵਾਹ, ਅੱਜ ਤਾਂ ਫਿਰ ਹੁਣੀ ਆਏ ਦਾ ਮਤਲਬ? ਹਿਮਾਚਲ ਨੂੰ ਵੀ ਜਗਰਾਓ ਬਣਾਇਆ ਹੋਇਆ ਅੱਜ ਆਪਾਂ। ਹੋਰ ਭਰਾ ਜੀ ਠੀਕ ਹੋ? ਸਾਰੇ ਠੀਕ ਠਾਕ ਹੋ? ਮਹਾਰਾਜ ਜੈਕਾਰਾ ਸ਼ੇਰਾਣੀ ਦਾ। ਸੋ ਲੋ ਜੀ ਆਈਸਕ੍ਰੀਮ ਦਾ ਭੰਡਾਰਾ ਜਗਰਾਓ ਵਾਲੇ ਜਿਹੜਾ ਚਿੰਤਪੁਰਨੀ ਦਾ। ਹੋਰ ਸਰ ਠੀਕ ਹੋ? ਸੇਵਾ ਕਰ ਰਹੇ ਹੋ ਸਰ? ਓ ਵਾਹ ਜੀ ਵਾਹ। ਸੋ ਆਹ ਦੇਖ ਲਓ ਜੀ, ਆਹ ਹੁੰਦਾ ਪਿਆਰ ਪੰਜਾਬ ਵਾਲਿਆਂ ਦਾ। ਸੋ ਬੜਾ ਵਧੀਆ ਯਾਰ, ਦੇਖ ਲਓ ਤੁਸੀਂ ਵੀ ਵੀਰੇ ਵਾਲੀ ਆਈਸਕ੍ਰੀਮ ਫਿਰ ਸਵੇਰ ਦੀ ਚਲਾ ਰਹੇ ਹੋ ਜੀ? 2 ਘੰਟੇ ਹੋ ਗਏ। 2 ਘੰਟੇ ਹੋ ਗਏ, ਕਿੰਨਾ ਟਾਈਮ ਚਲਾਓਗੇ ਜੀ? 3 ਘੰਟੇ ਹੋਰ ਚੱਲੂਗੀ ਜੀ। ਓ ਵਾਹ ਜੀ ਵਾਹ, ਬਹੁਤ ਵਧੀਆ ਜੀ, ਮਿਲ ਕੇ ਬਹੁਤ ਖੁਸ਼ੀ ਹੋਈ ਤੁਹਾਨੂੰ ਸਾਰਿਆਂ ਨੂੰ। ਬਾਬਾ ਜੀ ਜੈ ਮਾਤਾ ਜੀ। ਹੋਰ ਜਨਾਬ ਕੈਮ ਹੋ? ਸੀਤਾ ਠੀਕ ਹੈ? ਆ ਗਏ ਜੋਤ ਲੈ ਕੇ? ਆ ਗਏ? ਅੱਛਾ ਅੱਛਾ, ਚਲੋ ਬਸ ਕਰਦੇ ਆਪਾਂ ਸ਼ੁਰੂ। ਹੋਰ ਬਾਬਾ ਜੀ ਵਧੀਆ ਸਭ? ਓਕੇ ਰਿਪੋਰਟ। ਸਵੇਰੇ ਆਏ ਸਰ? ਓ ਵਾਹ ਜੀ ਵਾਹ, ਆਹ ਦੇਖ ਲਓ ਵੀ ਇੱਕ ਲੈਣ ਗਿਆ ਸੀਗਾ, ਹੁਣ ਡੱਬਾ ਦੇ ਕੇ ਤੁਰਿਆ। ਇੰਨਾ ਆਪਾਂ ਪਿਆਰ ਬਣਾ ਲਿਆ ਹਰ ਕਿਤੇ, ਦੇਖ ਲਓ ਤੁਸੀਂ ਉੱਧਰ ਉੱਧਰ। ਇਹ ਤਾਂ ਆਪ ਕਾਰ ਨੂੰ ਲਿਆ, ਇਹਨੂੰ ਵੀ ਦੇ ਗੋਰੇ। ਹੋ ਗਈ ਪਾਰਸਲ ਵੀਰੇ, ਪਾਰਸਲ ਸ਼ਿਫਟ ਕਰ ਲਾ ਹੁਣ ਤੂੰ। ਅੱਲਾ ਬੱਬੂ ਜਿੰਦਾਬਾਦ, ਬੱਬੂ ਆ ਹੀ ਗਿਆ ਫਿਰ। ਉਹ ਬੱਬੂ ਕਹਿ ਵਾ ਚੱਲ ਜਾਣ ਦੇ। ਹਲੋ ਵੀ ਥੈਂਕ ਯੂ ਸਰ, ਬਹੁਤ ਅੱਛਾ। ਚਲੋ ਜੀ ਸੋ ਲੋ ਵੀ ਗੱਡੀ ਸਾਡੀ ਮੜਾ ਦੀ ਹਿਮਾਚਲ ਪੁਲਿਸ ਨੇ ਵੀ ਬੜੀ ਸਪੋਰਟ ਕੀਤੀ ਆ ਵੀ ਕਰ ਸ਼ੇਰਾਲੀ ਦਾ। ਕਿੰਨੇ ਟਾਈਮ ਤੋਂ ਗੋਲੇ ਪਏ ਲੰਗਰ ਚਲਾਉਂਦੇ ਪਏ ਹੋ ਜੀ? 30 ਸਾਲ ਹੋ ਗਏ ਜੀ। ਹੁਣ ਆਪਾਂ ਨੂੰ ਅੱਜ ਲਾਇਆ ਜਾਂ ਕਿੰਨੇ ਦਿਨ ਤੋਂ ਚੱਲਦਾ ਪਿਆ? ਵੀਰਵਾਰ ਤੋਂ ਮੇਲਾ 1-2 ਦਿਨਾਂ ਦਾ ਨੀ ਹੈਗਾ, ਵੀਰਵਾਰ ਤੋਂ ਚੱਲਦਾ ਪਿਆ, ਦੇਖ ਲਓ ਤੁਸੀਂ ਚੈੱਕ ਕਰ ਲਓ। ਵਾਹ ਜੀ ਵਾਹ, ਚਲੋ ਜੀ ਦੇਖ ਲਓ ਤੁਸੀਂ ਕਿੰਨੀ ਸੰਗਤ ਚਿੰਤਪੂਰਨੀ ਮਾਮਾ ਜੀ ਦਰਬਾਰ ਤੇ ਜਗਰਾਓ ਤੋਂ ਆਈ ਹੋਈ ਆ। ਲਓ ਜੀ ਚਿੰਤਪੂਰਨੀ ਦਾ ਜਗਰਾਤਾ 2024 ਦਾ 14 ਸਤੰਬਰ, ਮਾਰੋ ਨਿਗਾਹ ਤੁਸੀਂ ਵੀ। ਐਤਕੀਆਂ ਅੱਗੇ ਨਾਲੋਂ ਰੌਣਕ ਬਹੁਤ ਜ਼ਿਆਦਾ ਵਾ, ਤੁਸੀਂ ਵੀ ਦੇਖ ਲਓ। ਲਓ ਜੀ ਆਪਾਂ ਪਹੁੰਚ ਗਏ ਚਿੰਤਪੂਰਨੀ, ਜਿੱਥੇ ਜਗਰਾਤਾ ਹੋਣਾ ਵਾ ਉਹ ਜਗ੍ਹਾ ਤੇ, ਤੁਸੀਂ ਵੀ ਘਰੇ ਬੈਠੇ ਇੰਜੋਏ ਕਰ ਸਕਦੇ ਹੋ। ਮਾਰੋ ਨਿਗਾਹ ਜੀ, ਰਵੀਸ਼ ਆ ਗਿਆ। ਏ ਲੜਾਈ ਰਵੀ, ਕਿਵੇਂ ਆ, ਕਿਵੇਂ ਲੱਗਿਆ ਜਗਰਾਤਾ? ਵਧੀਆ
ਨਜ਼ਾਰਾ ਆ ਗਿਆ ਬਸ ਠੀਕ ਆ ਰਵੀ ਤੁਹਾਨੂੰ ਪੇਟ ਗਾ ਕੇ ਸੁਣਾ ਚੱਲ ਰਵੀ ਇੱਕ ਪੇਟ ਸੁਣਾ ਦੇ ਇਹ ਛੋਟੀ ਸੁਣਾ ਦੇ ਆਉਂਦੀ 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 ਆ ਥੋੜ੍ਹਾ ਜਿਹਾ ਥੋੜ੍ਹਾ ਆਉਂਦੀ ਆ ਰਵੀ ਆ ਜਾ ਰਵੀ ਆ ਜਾ ਥੋੜ੍ਹੇ ਆ ਥੋੜ੍ਹੀ ਜੀ ਜਕਾਰਾ ਲਾਊਗਾ ਜਕਾਰਾ ਚੱਲ ਜਕਾਰਾ ਲਾ ਲਾ ਦੇ ਲਾ ਦੇ ਜਕਾਰਾ ਚਿੰਤਪੁਰਨੀ ਮਾਤਾ ਜੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਓ ਆ ਵੀ ਵਾਹ ਬਾ ਇੱਥੇ ਆਣਾ ਸਫਲ ਹੋ ਗਿਆ ਰਵੀ ਅੱਜ ਆ ਨਜ਼ਾਰਾ ਆ ਗਿਆ ਸਲੋ ਵੀ ਕਹਿੰਦੇ ਆ ਨਾ ਇੱਕ ਇੱਕ ਕਰਕੇ ਰੁੱਖ ਨੂੰ ਫਲ ਲੱਗਦਾ ਤਾਂ ਸਾਡੇ ਆਹ ਫਲ ਆ ਵੀ ਦੇਖ ਲੋ ਇੱਕ ਇੱਕ ਕਰਕੇ ਲੱਗ ਰਿਹਾ ਆ ਜਾ ਡਰ ਕਿਉਂ ਰਹੇ ਹੋ ਆ ਜਾ ਆ ਜਾ ਸਬਸਕ੍ਰਾਈਬ ਕਰ ਰਿਹਾ ਕਹਿੰਦੇ ਭਈਆ ਮੈਨੂੰ ਆਪਣਾ ਚੈਨਲ ਬਤਾ ਦੋ ਮੈਂ ਸਬਸਕ੍ਰਾਈਬ ਕਰੂੰਗਾ ਸੋ ਭਈਆ ਜੀ ਸਬਸਕ੍ਰਾਈਬ ਕਰ ਰਹੇ ਆ ਠੀਕ ਹੋ ਸਰ ਕਹਾਂ ਸੇ ਹੋ ਪੂਰਾ ਜਵਾਬ ਦੇ ਚੁੱਕੀ ਆ ਯਾਰ ਤੇ ਆਪਣੇ ਭਰਾ ਵੀ ਸਾਰੇ ਆ ਦੇਖ ਲਓ ਵੀ ਇਹਨਾਂ ਨੇ ਵੀ ਫੁੱਲ ਸਪੋਰਟ ਕੀਤੀ ਆ ਕੋਈ ਐਸੀ ਗੱਲ ਨੀ ਕੋਈ ਵਿਚਾਰਾ ਮੇਰਾ ਭਰਾ ਲਾਈਟ ਫੜਦਾ ਈ ਕੋਈ ਵਿਚਾਰਾ ਮਾਈਕ ਖੋਲਦਾ ਈ ਨਹੀਂ ਰਾਜੇ ਰਾਜੇ ਦੀ ਗੱਲ ਸੁਣਾਉਣਾ ਰਾਜੇ ਦੀ ਅੱਜ ਭਾਈ ਮੈਂ ਕਿਹਾ ਰਾਜੇ ਥੋੜਾ ਰਾਹ ਬਣਾ ਦੇ ਰਾਜਾ ਪਤਾ ਕੀ ਕਰਦਾ ਇੱਕ ਨੂੰ ਉਰੇ ਹੋਏਗਾ ਮੈਂ ਕਿਹਾ ਰਾਜੇ ਥੋੜਾ ਪਿਆਰ ਨਾਲ ਆਪਣੂ ਭਜਾਦਰਾ ਮੁੜ ਕੇ ਸੋ ਰਾਜੇ ਨੇ ਬਹੁਤ ਸਪੋਰਟ ਕਰਾ ਜੇ ਇਹ ਗੱਲੋਂ ਤੇਰੀ ਸਿਫਤਾ ਵੀਰੇ ਤਾਂ ਗੋਰੇ ਦੇ ਪਿੱਛੋਂ ਇਹ ਸਿਫਤਾ ਗੋਰਾ ਮੈਨੂੰ ਕਹਿੰਦਾ ਸੀ ਬਈ ਥੋੜਾ ਇੱਧਰ ਜੋ ਕੇ ਲੰਘ ਰਸ਼ ਬਹੁਤ ਆ ਮੋੜ ਬੰਦਾ ਪਿਆ ਇਹ ਜਾਊਗਾ ਆਪਣੇ ਨਾਲ ਮਕਲੋੜਗੰਜ ਜਾਊਗਾ ਹੁਣ ਆਪਾਂ ਨੂੰ ਐਤਵਾਰ ਰਹੂ ਅਗਲੇ ਦਿਨ ਇਹ ਤੁਹਾਨੂੰ ਬੰਦਾ ਹੁਣੇ ਮਕਲੋੜਗੰਜ ਜਾਂਦਾ ਤੁਹਾਨੂੰ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਤਾਂ ਰੋਂਦਾ ਏ ਉਦੋਂ ਵੀ ਸੀ ਰੋਈਏ ਹੁਣ ਵੀ ਜਾਂਦਾ ਦੇਖ ਲਓ ਤੁਸੀਂ ਇਹ ਸੋ ਦੇਖ ਲਓ ਗਾਈ ਤੁਸੀਂ ਰੋਂਦਾ ਏ ਉਦੋਂ ਵੀ ਰੋਈ ਅੱਜ ਵੀ ਜ਼ਿਆਦਾ ਹਾਲ ਹੋ ਜੀ ਦੇਖ ਲਓ ਤੁਸੀਂ ਫਿਰ ਤੁਸੀਂ ਕਹਿਣਾ ਵੀ ਯਾਰ ਤੁਸੀਂ ਜਾਣ ਗਏ ਸਵਾਲ ਹੋ ਗਿਆ ਵੀ ਰੂਪ ਹੈ ਜਗਰਾਤੇ ਵਾਲਿਆਂ ਦਾ ਇਹਨਾਂ ਨੇ ਵੀ ਰੌਣਕ ਆਪਦੇ ਹਿਸਾਬ ਨਾਲ ਲਾਣੀਆਂ ਹੁੰਦੀਆਂ ਵਾ ਆਹ ਚੱਕ ਵੀ ਸੋ ਲੋ ਜੀ ਹੁਣ ਅਸੀਂ ਮਾਤਾ ਤੋਂ ਦਾ ਨਿਕਲ ਚੁੱਕੇ ਹਾਂ ਤੇ ਹੁਣ ਸਾਡੀ ਮਕਲੋੜਗੰਜ ਦੀ ਤਿਆਰੀ ਆ ਆ ਲੋ ਜੀ ਸਾਰਿਆਂ ਨੇ ਆਪਦੀਆਂ ਅੱਖਾਂ ਉੱਕਾ ਖੋਲਣ ਲਈ ਆਪਦੀ ਸਾਰੀ ਤਿਆਰੀ ਅਰੇਂਜਮੈਂਟ ਸਾਰਾ ਕਰ ਲਿਆ ਤਾਂ ਕਿ ਰਾਸਤੇ ਦੇ ਵਿੱਚ ਨੀਂਦ ਨਾ ਆਵੇ ਤੇ ਗੱਲਾਂ ਬਾਤਾਂ ਵਧੀਆ ਇੱਕ ਦੂਜੇ ਨਾਲ ਫੰਕਸ਼ਨ ਕਰਦੇ ਜਾਈਏ ਤੇ ਬਸ ਗਾਈਸ ਹੁਣ ਚੱਲਦੇ ਹਾਂ ਅੱਗੇ ਤੇ ਹੁਣ ਆਪਣੀ ਮਕਲੋੜਗੰਜ ਦੀ ਯਾਤਰਾ ਸ਼ੁਰੂ ਹੋ ਗਈ ਜੀ ਸੋ ਫਾਈਨਲੀ ਦੋਸਤੋ ਪਤਾ ਕਿੱਥੇ ਪਹੁੰਚ ਚੁੱਕੇ ਹਾਂ ਰਾਤ ਦੇ ਪੌਣਾ ਇੱਕ ਹੋਇਆ ਆਹ ਲਓ ਜੀ ਕਰ ਲਓ ਚੈੱਕ ਆਪਣੀ ਫੇਵਰੇਟ ਜਗ੍ਹਾ ਹੈ ਇੱਥੇ ਆ ਕੇ ਨਾ ਮਾਈਂਡ ਪੂਰਾ ਰਿਲੈਕਸ ਹੋ ਜਾਂਦਾ ਕਿਉਂਕਿ ਵੈਦਰ ਬੜਾ ਘੈਂਟ ਹੁੰਦਾ ਯਾਰ ਇੱਥੋਂ ਦਾ ਸੋ ਅੱਜ ਵੀ ਹੁਣ ਜੇ ਮੈਂ ਚਾਹਵਾਂ ਤਾਂ ਪੂਰੀ ਮੋਟੀਆਂ ਬਾਹਾਂ ਵਾਲੀ ਸ਼ਰਟ ਪਾ ਸਕਦਾ ਜੀ ਇੰਨਾ ਵਧੀਆ ਮੌਸਮ ਹੋਇਆ ਹੋਇਆ ਇੱਥੇ ਸੋ ਹੁਣ ਬਸ ਚੌਂਕ ਦੇ ਵਿੱਚ ਆ ਗਏ ਹਾਂ ਅਤੇ ਹੁਣ ਬਸ ਅੱਗੇ ਚੱਲਦੇ ਹਾਂ ਹੋਟਲ ਵਗੈਰਾ ਵੀ ਦੇਖਣਾ ਤਾਂ ਦੇਖਦੇ ਹਾਂ ਕਿਹੜਾ ਖੁੱਲ੍ਹਦਾ ਬਾਈ ਰਾਤੀ 1 ਵਜੇ ਹੋਟਲ ਹੁਣ ਆਪਣੇ ਲਈ ਤਾਂ ਬਸ ਹੋਟਲ ਲੈ ਕੇ ਫਿਰ ਅੱਜ ਆਰਾਮ ਕਰਾਂਗੇ ਸਵੇਰੇ ਤੁਹਾਨੂੰ ਪੂਰਾ ਵੀਡੀਓ ਆਪਣੀਆਂ ਮਕਲੋੜਗੰਜ ਦੀ ਆਊਗੀ ਤਾਂ ਸਾਰੇ ਤੁਸੀਂ ਦੇਖਿਓ ਜ਼ਰੂਰ ਅਤੇ ਸੋ ਲੋ ਗਾਈਜ਼ ਸੋ ਲੋ ਜੀ ਹੁਣ ਅਸੀਂ ਹੋਟਲ ਦੇਖਣ ਆਏ ਹੋਏ ਹਾਂ ਹਾਂ ਵੀ ਅੰਸ਼ੂ ਵਧੀਆ ਜਗ੍ਹਾ ਤੇਰੇ ਸਵੇਰੇ ਘੁਲਣ 'ਚ ਵੀ ਤੈਨੂੰ ਘੈਂਟ ਜਿਹੀ ਜਗ੍ਹਾ ਮਿਲ ਗਈ ਇੱਥੇ ਸਵੇਰੇ ਘੁਲ ਵੀ ਲਊਗਾ ਵੀ ਅੰਸ਼ੂ ਸੋ ਰਾਤ ਦੇ ਵੱਜੇ ਹੋਏ ਆ ਹੁਣ ਮੇਰੇ ਹਿਸਾਬ ਨਾਲ 12:30 ਤੋਂ ਵੱਧ ਹੀ ਟਾਈਮ ਹੋਇਆ ਹੋਇਆ ਵਾ ਤਾਂ ਤੁਹਾਨੂੰ ਪਤਾ ਸਵੇਰ ਦੇ 3 ਵਜੇ ਉੱਠੇ ਹੋਏ ਹਾਂ ਤਾਂ ਪਹਿਲਾਂ ਸ਼ੂਟ ਵਗੈਰਾ ਕੀਤੇ ਸਾਰਾ ਦਿਨ ਤਾਂ ਫਿਰ ਰਾਤ ਨੂੰ ਟਰੈਵਲ ਕਰਕੇ 12:30 ਵਜੇ ਇੱਥੇ ਪਹੁੰਚਿਆ ਸੋ ਦੇਖ ਲਓ ਯਾਰ ਤੁਸੀਂ ਅਤੇ ਬਸ ਹੁਣ ਹੋਟਲ ਵਗੈਰਾ ਲੈਂਦੇ ਹਾਂ ਰੂਮ ਦੇਖ ਕੇ ਲੈਂਦੇ ਹਾਂ
ਤਾਂ ਦੇਖ ਲਓ ਵੀ ਡਰਾਈਵਰ ਸਾਡੇ ਦੀਆਂ ਅੱਖਾਂ 'ਚ ਹੁਣ ਨੀਂਦ ਭਰੀ ਹੋਈ ਆ ਪੂਰੀ। ਸੋ ਲਓ ਜੀ ਹੁਣ ਹੋਟਲ ਤੋਂ ਬਾਅਦ ਆਈ ਸੀ ਹੁਣ ਫੂਡ ਦੀ ਵਾਰੀ, ਅਤੇ ਮੈਂ ਸੋਚਿਆ ਵੀ ਚੱਲ ਕਿਉਂ ਨਾ ਡਿਨਰ ਕੀਤਾ ਜਾਵੇ, ਤਾਂ ਪਰ ਇਹਨਾਂ ਕੋਲ ਹੁਣ ਡਾਇਨਿੰਗ ਤਾਂ ਹੈ ਨਹੀਂ, ਮੈਂ ਸੋਚਿਆ ਚੱਲ ਪੈਕ ਕਰਾ ਲੈਂਦੇ ਹਾਂ ਤਾਂ ਰੂਮ 'ਚ ਜਾ ਕੇ ਖਾ ਲਵਾਂਗੇ। ਸੋ ਬਸ ਹੁਣ ਚੱਲਦੇ ਹਾਂ ਉੱਥੋਂ ਦੀ ਫੂਡ ਲੈ ਕੇ ਆਪਾਂ ਅੱਗੇ, ਅਤੇ ਰੂਮ ਦੇ ਵਿੱਚ ਬੈਠ ਕੇ ਇੰਜੋਏ ਕਰ ਲਵਾਂਗੇ ਆਪਣਾ।